ਕੈਸ਼ ਹੀ ਲੈਣੀ ਹੈ, ਮੈਨੂੰ ਪਤਾ ਸ਼ਾਦ ਲੀਲਾ ਅਲਹਮਦੁਲਿਲਾ ਲੂਟ ਲਾਏ ਬੰਥਿਆ ਕੇ ਐਮ ਐਮ ਮੈਂ ਹੁਣ ਕੱਢੀ ਹੈ, ਮੈਂ ਤੂੰ ਖਿਲਾਰ ਲੈਣੇ ਤੇ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮ ਅਲੈਕੁਮ, ਕੀ ਹਾਲ ਚਾਲ ਹੈ ਸਾਰਿਆਂ ਦਾ? ਠੀਕ ਠਾਕ ਹੋ, ਫਿਟ ਫਾਟ ਹੋ, ਕੈਸੀ ਹੈ ਸਾਰਿਆਂ ਦੀ ਤਬੀਅਤ? ਸਭ ਬੇਵਨ ਹੋ ਨਾ? ਅਤੇ ਟਾਈਮ ਜਿਹੜਾ ਤਕਰੀਬਨ ਫੁੱਲ ਦੁਪਹਿਰ ਦਾ, ਗਰਮੀ ਨਹੀਂ ਖਤਮ ਹੋ ਰਹੀ। ਅੱਜ ਸਲਾਹ ਬਣਾਈ ਸੀ ਸ਼ਬੀਲ ਵੀਲ ਖਾਣ ਦੀ ਫੇਰ, ਅਤੇ ਉਹ ਤਾਂ ਜਿਹੜਾ ਨਹੀਂ ਦੋਸਤ ਹੋਰੇ ਲਗਾਉਣ ਕੇ ਨਾ, ਮੈਂ ਚੱਲਾਂ ਕਿਉਂਕਿ ਸਿਆਲਕੋਟ। ਸਿਆਲਕੋਟ ਇੱਕ ਕੰਮ ਹੈ, ਤੁਸੀਂ ਨਾਲ ਨਾਲ ਰਹੋ, ਤੁਹਾਨੂੰ ਦੱਸਣਾ। ਲਕਸ਼ ਨੂੰ ਪਹਿਲਾਂ ਸਬਸਕ੍ਰਾਈਬ ਸਾਰੇ ਜਣੇ ਜਲਦੀ ਜਲਦੀ ਕਰ ਦਿਉ, ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ, 50,000 ਡਨ ਕਰਾ ਦਿਉ ਬਾਬਾ ਜੀ। ਸਾਰੇ ਜਣੇ ਸ਼ੇਅਰ ਕਰੋ ਆਪਣੇ ਦੋਸਤ ਨਾਲ, ਆਪਣੀ ਫੈਮਿਲੀ ਨਾਲ, ਅਤੇ ਹੁਣ ਚੱਲਦੇ ਹਾਂ। ਆਪਣਾ ਸਫ਼ਰ ਤੁਹਾਡੇ ਨਾਲ ਸ਼ੇਅਰ ਕਰਨਾ, ਤੁਸੀਂ ਆਪਣੇ ਦੋਸਤ ਨਾਲ। ਤੂੰ ਕਿੱਧਰ? ਕੀ ਚੈੱਕ ਕਰਾਂ? ਪਾੜਾ ਹਜੇ 6ਵਾਂ ਮਹੀਨਾ, 8ਵੇਂ 9ਵੇਂ ਮਹੀਨੇ ਚੈੱਕ ਕਰਾਂ। ਬਾਕੀ ਜੀ ਸੁਭਾਨ ਨੇ ਥੋੜ੍ਹੇ ਜਿਹੇ ਕੱਪੜੇ ਵੀ ਲੈਣੇ ਨੇ, ਕੈਸ਼ ਹੀ ਲੈਣੀ ਹੈ ਮੈਂ ਸੁਭਾਨ ਦੇ, ਤੁਹਾਨੂੰ ਪਤਾ ਸ਼ਾਦੀ 'ਤੇ ਜਾਣਾ, ਲੈਣੀ ਹੈ ਨਾ। ਅਤੇ ਉਸ ਤੋਂ ਬਾਅਦ ਇੱਕ ਦੋ ਹੋਰ ਕੰਮ ਹੈ, ਇਹਨੂੰ ਚੈੱਕ ਕਰਾਉਣਾ ਹੋਸਪਿਟਲ 'ਚ। ਇਹਨੂੰ ਡਰ ਹੈ ਕਿ ਕਿਤੇ ਦਰਦ ਹੁੰਦੀ ਹੈ ਇੱਥੇ, ਕਿ ਪੈਂਡਸ ਦੀ ਦਰਦ ਨਾ ਹੋਏ, ਅਤੇ ਉਹਦੇ ਵਾਸਤੇ ਇਹਦੇ ਅੱਬੂ ਹੋਰੀ ਵੀ ਅੱਗੇ ਨੇ, ਉਹ ਕਾਲ ਆ ਰਹੀ ਹੈ ਵਾਰ ਵਾਰ, ਅਤੇ ਹੁਣ ਅਸੀਂ ਚੱਲਦੇ ਹਾਂ ਸਿਆਲਕੋਟ। ਹਾਂ, ਜ਼ਿਆਦਾ ਤਾਂ ਨਹੀਂ ਹੋ ਰਹੀ ਦਰਦ? ਤਿੰਨ ਦਿਨ ਹੋ ਗਏ। 3 ਦਿਨ ਤੋਂ ਦਰਦ ਹੋ ਰਹੀ ਹੈ, ਅੱਜ ਹੀ ਇਹਦਾ ਤੀਸਰਾ ਦਿਨ ਹੈ। ਅਤੇ ਜਿਹਦਾ ਜਿਹਦਾ ਕੈਸਾ ਗੁਜ਼ਰ ਰਿਹਾ ਕਮੈਂਟ ਕਰਕੇ ਦੱਸਿਓ, ਅਸੀਂ ਤਾਂ ਚੱਲੇ ਜੇ ਸਿਆਲਕੋਟ ਸੁਭਾਨ ਦੀ, ਅਤੇ ਇਹ ਦਰਦ ਨੇ ਵਾਰ ਛਿੜੀ। ਮੈਂ ਕਿਹਾ ਜਾਣ ਤੋਂ ਪਹਿਲਾਂ ਟੈਂਕੀ ਫੁੱਲ ਕਰਾ ਲਈਏ। ਪਾ ਲਿਆ ਫੁੱਲ ਦੁਪਹਿਰ, ਮਾਸਕ ਵਗੈਰਾ ਪਾ ਲਿਆ, ਅਤੇ ਹੁਣ ਜਿਹੜਾ ਨਹੀਂ ਸਿਆਲਕੋਟ ਤੋਂ ਨਿਕਲਦਾ। ਇੰਨੀ ਗਰਮੀ ਹੈ, ਪੁੱਛੋ ਕੁਛ ਨਾ। ਪਹਿਲਾਂ ਇੱਕ ਵਾਰੀ ਪਾਣੀ ਪੀਤਾ ਸੀ, ਅਤੇ ਹੁਣ ਜਿਹੜਾ ਇੱਥੋਂ ਇਮਲੀ ਆਲੂ ਖਾੜੇ ਦਾ ਪਾਣੀ ਪੀਤਾ। ਸਿਆਲਕੋਟ ਜਾਣ ਤੋਂ ਪਹਿਲਾਂ ਰਾਜ ਗਰਮੀ ਅਤੇ ਇੰਤਹਾ ਯਾਰ, ਮਾਸਕ ਵੀ ਨਹੀਂ ਢੱਕ ਸਕ ਰਿਹਾ। ਇੰਨੀ ਗਰਮੀ, ਸਹੀ ਗੱਲ ਹੈ, ਦੁਬਈ ਜਾਂ ਸਾਊਦੀ ਆ ਹੀ ਨਹੀਂ ਪੈਂਦੀ ਹੋਣੀ ਪਏ। ਹੋਇਆ 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 ਸਿਆਲਕੋਟ ਆ ਕੇ, ਅਤੇ ਸਭ ਤੋਂ ਪਹਿਲਾਂ ਇੱਕ ਮਾਲ 'ਚ ਆਏ ਹਾਂ, ਅਤੇ ਇੱਥੇ ਪਤਾ ਕਰਦੇ ਹਾਂ ਸੂਟ ਇੱਕ ਲੈਣਾ ਹੋਰ। ਇੱਥੇ ਤਾਂ ਬਾਬਾ ਜੀ ਬੰਦ ਨੇ ਦੁਕਾਨਾਂ ਸਾਰੀਆਂ, ਜਿੰਨੇ ਇੱਥੇ ਟੋਟਲੀ ਆਉਂਦੇ ਨੇ ਉਹ ਕੱਲ੍ਹ ਖੁੱਲ੍ਹਣੀਆਂ। ਇੱਥੋਂ ਤਾਂ ਹੋ ਗਈ ਹੈ ਧੁੱਪ, ਹੁਣ ਅੱਗੇ ਚੱਲਦੇ ਹਾਂ। ਚੱਲ ਬਈ ਜਵਾਨਾ, ਵਧੀਆ ਪਾਣੀ ਮਿਲ ਗਿਆ। ਸਿਆਲਕੋਟ ਆ ਕੇ ਇੱਕ ਕੰਮ ਤਾਂ ਨਹੀਂ ਹੋਇਆ, ਅਤੇ ਦੂਸਰੇ ਕੰਮ ਜਿਹੜੇ ਚੱਲੇ ਆ ਨਾ, ਉਹ ਵੀ ਦੱਸਦੇ ਅੱਗੇ ਜਾ। ਅਸਲਾਮੁਅਲੈਕੁਮ, ਈਦ ਮੁਬਾਰਕ। ਕੀ ਹਾਲ ਚਾਲ ਹੈ? ਠੀਕ ਠਾਕ। ਮੈਂ ਕਿਹਾ ਉਮਰ ਭਾਈ ਨੂੰ ਈਦ ਮੁਬਾਰਕ ਨਹੀਂ ਮਿਲਿਆ, ਜਾ ਕੇ ਪਹਿਲਾਂ ਈਦ ਮੁਬਾਰਕ ਮਿਲ ਕੇ। ਗਰਮੀਆਂ ਨੂੰ ਦੱਸੋ ਕਿੰਨੀ ਹੈ? ਮੈਂ 4 ਵਾਰੀ ਪਾਣੀ ਲੈ ਕੇ ਪੀਤਾ ਰਸਤੇ, ਗਰਮੀ ਬੜੀ ਹੋਈ ਹੁਣ ਫਿਰ ਵਹਿਤ ਪਾਣਾ ਹੈ। ਹਾਂਜੀ, ਵਹਿਤ ਪਾਣਾ ਹੈ, ਮੈਂ ਨਾਮ ਟਿਕ ਰਿਹਾ ਯੂਟਿਊਬ ਨੂੰ। ਚਲੋ ਫਿਰ ਕਰ ਲੈਂਦੇ, ਚਲੋ ਫਿਰ ਪੈਸੇ ਲੈਣ ਲਈ ਇੱਕ ਸ਼ਾਪ ਤੇ ਪਹੁੰਚ ਗਏ। ਬਸ ਹੋ ਰਹੀ ਹੈ ਗੱਲ, ਹਾਂ ਹਾਂ, ਉਹ ਗੱਲ ਬਣ ਜਾਂਦੀ ਤੇ ਫਿਰ ਇਨਸ਼ਾਅੱਲਾ ਖਾਣੇ ਇਨਸ਼ਾਅੱਲਾ। ਪਿੰਡ ਆ ਥੋੜ੍ਹਾ ਜਿਹਾ ਲੰਮਾ ਪੈ ਗਿਆ, ਪਹਿਲਾਂ ਗਏ ਆਏ ਸਾਂ, ਅਤੇ ਔਨਲਾਈਨ ਪੈਸੇ ਨਹੀਂ ਟ੍ਰਾਂਸਫਰ ਹੁੰਦੇ, ਪਰ ਕੈਸ਼ ਲੈ ਕੇ ਆਏ ਹਾਂ। ਹੁਣ ਕੈਸ਼ ਲਿਆ ਕੇ ਆ ਕੇ ਅਤੇ ਫਿਰ ਲੈਣਾ ਯਾਰ ਕੈਸ਼ ਪਰਚੀਆਂ। ਹੈਲੋ, ਇੱਕ ਫਿਗਰ ਵਾਲੀ ਹੈ, ਇੱਕ ਦੋ ਵਾਲੀ ਹੈ, ਇੱਕ ਦੋ ਤਿੰਨ ਚਾਰ। ਤੁਸੀਂ ਭਰਾਏ ਨੇ ਮੈਨੂੰ ਪੈਸੇ? ਹਾਂਜੀ, ਮੈਂ ਹੀ ਭਰਾਏ ਜੀ। ਮੈਂ ਨਹੀਂ ਕਿਸਮ ਬੜੀ ਗਰਮੀ, ਮੈਂ ਸਕਰਜੂ ਹੋਵਾਂ। ਜਾਣੇ ਵਿਆਹ ਤੋਂ ਆ ਕੇ ਚੱਲਾਂਗੇ ਇਸ ਘਰ ਤੋਂ। ਠੀਕ, ਘਰ ਤੋਂ ਹੋਣ ਚਾਹੀਦੇ ਤਾਂ ਥੋੜ੍ਹੇ ਲੱਗਣੇ। ਚਲੋ
ਜਿੱਥੇ ਜਾਈਏ ਆ ਮਾਸਕ ਲਾ ਹਾਂ ਮਾਸਕ ਤੇ ਲਾ ਮਾਸਕ ਲਾ ਹੈ ਜਾ ਕਰੋ ਸੋਹਣੇ ਮੁੰਡੇ ਆਉਂਦੇ ਹੁੰਦੇ ਜੀ ਐਲਾ ਫਰਕ ਐਸ਼ ਯਾ ਬਾਈ ਵਾਹਤ ਪਾ ਤੂੰ ਵਾਹਤ ਪਾ ਦੇ ਜ਼ਮਾਨੇ ਨੂੰ ਰਲ ਕੇ ਵਾਹਤ ਪਾ ਹਾਂ ਅਲਹਮਦੁਲਿਲਾ ਕੈਸ਼ ਮਿਲ ਗਿਆ ਕੈਸ਼ ਮਾਸ਼ਾਅੱਲਾ ਸੋਹਣਾ ਮਜ਼ਾ ਆਇਆ ਮੈਂ ਕਹਿੰਦਾ ਫਸਟ ਕਲਾਸ ਜੀ ਨਵੀਆਂ ਉਹਨਾਂ ਦੇ ਕੋਈ ਲੈਦੇ ਚਾਸ ਨਾ ਦੱਸ ਚਾਸ ਆਏਗੀ ਪੂਰੀ ਕੈਸ਼ ਵੀ ਲੈ ਲਈਏ ਤੇ ਹੁਣ ਅਗੂ ਦਾ ਜੋ ਵੀ ਸੀਨ ਪਾਟ ਤਾਂ ਦੱਸਦੇ ਆ ਇਹਨੂੰ ਇਹ ਹਸਪਤਾਲ ਚੈੱਕ ਵੀ ਕਰਾਉਣਾ ਹੈ ਕਬਜ਼ ਹੋਈ ਇਹਨੂੰ ਤਾਂ ਨਹੀਂ ਅੱਖਾਂ ਖੁੱਲਦੀਆਂ ਪਈਆਂ ਨਹੀਂ ਇਹਨੂੰ ਇੱਥੇ ਡਾਰੇ ਪੈਂਡਸ ਦੀ ਦਰਦ ਨੂੰ ਨਿਕਲੀ ਹੋਈ ਉਹਦੇ ਕਰਵਾਇਆ ਜਾ ਜਾਣ ਤੋਂ ਪਹਿਲਾਂ ਮੈਂ ਕਿਹਾ ਸਕੰਜੀ ਪੀ ਕੇ ਜਾਂਦੇ ਹਾਂ ਇਹ ਚੈੱਕ ਆ ਬਿੱਲੀ ਆਪਣੀ ਰੱਖੀ ਜੀ ਆਪ ਹੀ ਬਣਾਉਣ ਲੱਗੇ ਹੋ ਮਰ ਭਾਈ ਆਹ ਕੰਮ ਸ਼ੁਰੂ ਕਰ ਲਓ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਕੀਮਤੀ ਟਾਈਮ ਦਾ ਤੁਸੀਂ ਇੰਨੀ ਦੁਪਹਿਰ ਚ ਨਿਕਲੇ ਕੋਈ ਗੱਲ ਨਹੀਂ ਹਾਂ ਜਾ ਕੇ ਨਹਾ ਲਿਓ ਨਾ ਪੈਰ ਖੜੀ ਜਾਂਦਾ ਪਹੁੰਚ ਜਾਏ ਬਸ ਇਨਸ਼ਾਅੱਲਾ ਜਾ ਕੇ ਉਹਨੇ ਨਹਾ ਲਿਓ ਓਕੇ ਕਰੋ ਡੇਗਦਾ ਪਿਆ ਨਹੀਂ ਮੂੰਹ ਸਮਝ ਆਉਂਦੀ ਨਾ ਤੇਰੀ ਅੱਖਾਂ ਖਾਂਦੀਆਂ ਕੋਈ ਘੰਟੇ ਨੀਂਦ ਸੀ ਰਹਿਣਾ ਤੂੰ ਐਦਾਂ ਨਹੀਂ ਤੁਹਾਨੂੰ ਪਤਾ ਨੀਂਦ ਰਿਆ ਭਾਜ ਇਸ ਬਾਨ ਮਾੜਾ ਬੰਦਾ ਵੱਡਾ ਆਦਮੀ ਹੈ 50-50 ਸੋਸ ਵਾਲੀਆਂ ਕਾਪੀਆਂ ਲਈਆਂ ਇਹਨੇ ਯਾਰ ਕਿਆ ਬਾਤ ਹੋਸਪਿਟਲ ਆਏ ਸਾਂ ਅੱਜ ਹੀ ਇੱਦਾਂ ਤੀਸਰਾ ਦਿਨ ਤੇ ਛੁੱਟੀਆਂ ਨੇ ਤੇ ਇਹਦਾ ਅਲਟਰਾਸਾਊਂਡ ਤੇ ਹੋਇਆ ਨਹੀਂ ਤੇ ਬਾਕੀ ਹੁਣ ਇੱਕ ਹੋਰ ਹੋਸਪਿਟਲ ਚੈੱਕ ਕਰਨੇ ਰਾਹ ਵੀ ਚੇਂਜ ਕਰਨਾ ਪਿਆ ਤੇ ਉਸਦੇ ਰਾਹ ਚੱਲੇ ਹਾਂ ਮੈਂ ਕਿਹਾ ਭੁੱਖ ਬੜੀ ਲੱਗ ਗਈ ਕਾਫੀ ਦੇਰ ਦੇ ਨਿਕਲੇ ਆ ਧੁੱਪ ਬਹੁਤ ਜ਼ਿਆਦਾ ਲੱਗ ਰਹੀ ਹੈ ਗਰਮੀ ਬਹੁਤ ਜ਼ਿਆਦਾ ਤੇ ਥੋੜ੍ਹਾ ਜਿਹਾ ਆਸਰਾ ਕਰਵਾਈਏ ਕਿਤੇ ਜਿਹੜਾ ਨਹੀਂ ਬਹੁਤੀ ਦਰਦ ਨਾ ਨਿਕਲ ਆਏ ਅੱਛਾ ਦੌੜ ਜਾ ਬਾਕੀ ਜੀ ਉਸ ਤੋਂ ਬਾਅਦ ਆ ਗਿਆ ਸਾਂ ਘਰ ਘਰ ਆ ਕੇ ਤੇ ਲਾਈਟ ਹੈ ਨਹੀਂ ਪਿੰਡ ਅਤੇ ਬਾਹਰ ਆਇਆ ਸਾਂ ਹੁਣ ਦੁਕਾਨ 'ਤੇ ਕੰਮ ਸਿਰ ਛੋਟਾ ਜਿਹਾ ਅਤੇ ਕੈਸ਼ ਦਾ ਜੋ ਵੀ ਮਾਮਲਾ ਉਹਨੇ ਤੁਹਾਨੂੰ ਘਰ ਜਾ ਕੇ ਬਹਾਨਾ ਲਾਈਟ ਆਉਂਦੀ ਹੈ ਐਂ ਪਸੀਨੇ ਨਾਲ ਭੇਜਣਾ ਜਾਣ ਨਾ ਛੇੜ ਮਾਰੂੰਗਾ ਇੱਥੇ ਦਬੂੜੀਆਂ ਨੇ ਹੁਣ ਮਾਰਿਆ ਮੈਂ ਮਾਰਾਂਗਾ ਇੰਨਾ ਯਾਦ ਰੱਖੋਗੇ ਮਾਰੂੰਗਾ ਨਾ ਚਲੋ ਬੱਚੀ ਸਰ ਤੂੰ ਹੀ ਬਚ ਜਾਓ ਨਾ ਕਿੰਨੇ ਕਿੰਨੇ ਨੇ ਕਿਉਂਦੇ ਆ ਵੀ ਕੰਮ ਕੀਤਾ ਫੋੜ ਬਿੱਲਾ ਖੇਡ ਲਿਆ ਤੰਬੂੜੀਆਂ ਖੇਡ ਲਈਆਂ ਇਹਨੂੰ ਲੜ ਜਾਣੀਆਂ ਜੀ ਚੱਲ ਲੜ ਗਈਆਂ ਲੜੀ ਨਹੀਂ ਕੰਮ ਵੇਖੋ ਇਹਨਾਂ ਮੁੜਦੇ ਹੀ ਨਹੀਂ ਲੜ ਗਈ ਲੜੀ ਆ ਨਾ ਹਾਂ ਲੜੀ ਆ ਨਾ ਹੁਣ ਠੀਕ ਹੋਇਆ ਹੁਣ ਹੋਇਆ ਠੀਕ ਕਿਹਦਾ ਮੁੰਡਾ ਨਹੀਂ ਮੁੰਡਾ ਕਿਹਦਾ ਸਾਰਾ ਮਾਹੌਲ ਤੁਹਾਨੂੰ ਬਾਅਦ ਚ ਬਹਾਨੇ ਇਹ ਜੀ ਜੀ ਜਿਸ ਕਾ ਆਪ ਸਭ ਕੋ ਇੰਤਜ਼ਾਰ ਥਾ ਹਾਂਜੀ ਬੜੀ ਸਾਹਿਬ ਤੁਮ ਤੋ ਲੂਟ ਲਾਏ ਬੰਦੂਕੇ ਹਥਿਆਰ
ਕਲੈਸ਼ਨ ਕੋਪ AKM M ਫੋਰ ਸੋਨਾ ਸਭ ਲੂਟ ਲਾਏ ਰੇ ਤੂੰ ਤੋ ਤੂੰ ਤਾਂ ਲੂਟ ਲਾਏ ਬੈਂਕ ਤੇ ਲੁੱਟ ਖਬਰ ਬਾਹਰ ਨਾ ਜਾਏ ਆਪਸ ਦੀ ਗੱਲ ਏ ਤੇ ਤੈਨੂੰ ਵਿੱਚੋਂ 20% ਲੱਭ ਜਾਏਗਾ ਜੇ ਤੂੰ ਵਾਮ ਦੇ ਵਿੱਚ ਵਰ ਕੇ ਚੁਗੇਗਾ ਠੀਕ ਨਹੀਂ ਨਹੀਂ ਇੰਜ ਹੀ ਸਾਥ ਬਣਾ ਜਾਏ ਇੰਜ ਹੀ ਚਾਹੀਦਾ ਉਦੋਂ ਮੈਂ ਤੇ ਸਬਾਨੇ ਨੂੰ ਕਿਹਾ ਤੇ ਲੱਭਾ ਹੀ ਨਹੀਂ ਲੱਭਾ ਹੀ ਨਹੀਂ ਤੇ ਮੈਂ ਸਾਡੀ ਪਲੈਨਿੰਗ ਦਾ ਛੱਲੀ ਪਲੈਨਿੰਗ ਦਾ ਛੱਲੀ ਕਹੀ ਉਹਨਾਂ ਨੇ ਪਹਿਲਾਂ ਪੈਸੇ ਕਢਵਾਏ ਏਟੀਐਮ ਚੋਂ ਇਹਨਾਂ ਪੈਸੇ ਕਢਵਾ ਕੇ ਤੇ ਫਿਰ ਗਏ ਪਹਿਲਾਂ ਗਏ ਸਿੱਧਾ ਹੀ ਆਉਂਦੇ ਨੀ ਆਨਲਾਈਨ ਨਹੀਂ ਹੁੰਦੇ ਫਿਰ ਏਟੀਐਮ ਗਏ ਪੈਸੇ ਕਢਵਾਏ ਤੇ ਫਿਰ ਬਾਬਾ ਜੀ ਉੱਥੋਂ ਕੈਸ਼ ਲੈਣ ਗਏ ਤੇ ਫਿਰ ਮਿਲ ਗਈ ਇਹਦਾ ਮਤਲਬ ਹੈ ਕਿ ਮੈਨੂੰ ਦੱਸਣੀ ਪੈਣੀ ਹੈ 20% ਨਹੀਂ ਦੇ ਦੇ ਆਹ ਇਹ 20% ਤੇਰਾ ਹੋ ਗਿਆ ਇਧਰ ਕੰਨ ਚਾਹੀਦੇ ਪਾਣੀ ਘੱਟ ਪੀਣਾ ਪਾਣੀ ਘੱਟ ਪੀਂਦਾ ਉਹਨਾਂ ਮੈਨੂੰ ਲੰਮੇ ਪਾ ਤੇਲ ਥੋੜ ਚੜਿਆ ਠੇਡ ਅੱਛਾ ਫੇਰ ਗਿਆ ਡਰ ਗਿਆ ਇਹ ਸੀਨ ਚੈੱਕ ਕਰੋ ਬਾਰਿਸ਼ ਸਾਹਮਣੇ ਚੈੱਕ ਕਰੋ ਚੰਨ ਨਿਕਲਿਆ ਹਾਏ ਹਾਏ ਕੀ ਸੀਨ ਹੈ ਯਾਰ ਤੁਹਾਨੂੰ ਡਰ ਲੱਗਦਾ ਆਇਓ ਆਇਓ ਪਾਣੀ ਕੋ ਕਿਉਂ ਡਰਦੇ ਹੋ ਹਾਏ ਹਾਏ ਇਹ ਹੈਵੀ ਸੀਨ ਹੈ ਬੱਦਲ ਵੀ ਪੈ ਰਿਹਾ ਚੈੱਕ ਕਰੋ ਤੇ ਸਾਹਮਣੇ ਮੈਂ ਕਿਹਾ ਚੰਨ ਤੁਹਾਨੂੰ ਪਤਾ ਅੱਜ ਈਦ ਦਾ ਤੀਸਰਾ ਦਿਨ ਹੈ ਤੇ ਈਦ ਦੇ ਦਿਨਾਂ ਦੀ ਵਜ੍ਹਾ ਤੋਂ ਜਿਹੜਾ ਨਹੀਂ ਅੱਜ ਜਿਮ ਬੰਦੇ ਤੇ ਇਸ ਵਾਸਤੇ ਵਾਪਸ ਜਾ ਰਹੇ ਹਾਂ ਰਾਤੀ 2 ਵਜੇ ਦਾ ਟਾਈਮ ਹੈ ਗਲੀ ਦੀ ਦੂਸਰੀ ਸਾਈਡ ਤੋਂ ਵਾਪਸ ਜਾਂਦੇ ਬੰਦ ਕਰਨੀ ਪੈਣੀ ਉਹ ਸਾਹਮਣੇ ਬੱਦਲ ਪੈ ਰਿਹਾ ਸਵੇਰ ਦੀ ਲਾਈਟ ਨਹੀਂ ਥੱਲੋਂ ਜਾ ਰਹੇ ਬੰਦੇ ਕੋਈ ਜੇ ਕੋਈ ਚੋਰ ਹੁੰਦੇ ਤੇ ਮੈਂ ਇੰਜ ਨਹੀਂ ਬੋਲਣਾ ਪਰ ਮੈਨੂੰ ਸ਼ੱਕ ਵੀ ਹੈ ਪਰ ਇੱਕ ਚੀਜ਼ ਦੇ ਨਾਲ ਪਤਾ ਲੱਗ ਸਕਦਾ ਜਿਹੜੇ ਬੰਦਾ ਹੋਇਆ ਤੇ ਜਾਣ ਨਾਲ ਚਾਸਾ ਹੀ ਨਹੀਂ ਮੈਂ ਕਿਹਾ ਚੈੱਕ ਕਰਨਾ ਵਾ ਤੇ ਤੁਸੀਂ ਇਸ ਟਾਈਮ ਕਰਦੇ ਕੀ ਹੋਵੇ ਗਲੀ ਜੀ ਤੁਸੀਂ ਕੀ ਕੀਤਾ ਤੁਹਾਡਾ ਤਰਾਹ ਕੱਢਿਆ ਅੱਗੂ ਕੋਈ ਆਏਗਾ ਤੇ ਉਹਨੂੰ ਪਤਾ ਹੋਏਗਾ ਇਹ ਗੱਲ ਚੀਜ਼ ਯਾਦ ਰੱਖਿਓ ਲਾ ਤੇ ਉਂਝ ਸ਼ਕਲ ਹੀ ਚੋੜ ਲੱਗਦਾ ਮਾੜੀ ਮੈਂ ਭੱਟੀ ਨੂੰ ਚੱਲ ਵੱਜ ਤੈਨੂੰ ਚੱਲੀ ਨਹੀਂ ਮੈਂ ਮੈਂ ਚੈੱਕ ਕਰਨਾ ਮੈਂ ਉਂਝ ਇੱਕ ਸਾਈਡ ਤੇ ਇੱਥੇ ਮਾੜੀ ਕੁਛ ਨੀ ਗਲੀ ਚ ਆਏ ਏਅਰਪੋਰਟ ਤੇ ਚੜ੍ਹ ਹਟੀ ਹੋਰੀ ਤੇ ਉਹ
ਮੈਨੂੰ ਲੱਗਾ ਕਿ ਬੰਦਾ ਮੈਂ ਤੇ ਹਿੱਟ ਚਲਾ ਰਹੀ ਉਹ ਤੇ ਬਾਅਦ ਪੈ ਗਈ ਇੱਕ ਹੋਰ ਸੁੱਟ ਦੇਣੀ ਸਾਈਂ ਜੀ ਚੋਰ ਆ ਗਏ ਹਨ ਗਲੀ 'ਚ ਉੱਠੋ ਤਾਂ ਹੋਸ਼ ਕਰੋ ਬਾਕੀ ਜੀ ਹੁਣ ਹੋਏਗੀ ਸੁਬਹਾ ਮੁਲਾਕਾਤ।